पंजाब च बड़े वधिया फेस ने, असी बॉम्बे तो भी काफ़ी फेस अप्रोच किए। हुण जिहड़ा साडा करैक्टर है उहदे विच उह इक बड़ी एक देसी कुड़ी है, जिहड़े बॉम्बे वाले फेस सीगे जिहड़े कुछ वधिया फेस है ना, ते उहनां नूं पंजाबी बोलण च दिक्कत हो रही सी। ਫੁੱਲਾਂ ਤੋਂ ਵੀ ਸੁਣੀਆਂ ਤੇਰੇ ਵਾਸਤੇ ਲਵ ਯੂ ਗਾਣਾ ਮੇਰੇ ਫਾਦਰ ਨੇ ਲਿਖਿਆ, ਔਖੀ ਜੀ ਕਾਹਨੂੰ ਹੁੰਦੀਆਂ ਦਿਲ ਨਹੀਂ ਦੇਣਾ ਨਾ ਕਰਦੇ ਮੇਰੇ ਫਾਦਰ ਨੇ ਲਿਖਿਆ, ਤੇਰਾ ਗੁਰਾ ਰੰਗ ਬਲੀ ਕਰੀਮ ਵਰਗਾ ਉਤੋਂ ਪਾਲਿਆ ਸੂਟ ਕਾਲਾ ਫੀਮ ਵਰਗਾ ਪ੍ਰੇਜ਼ ਗਾਣਾ ਮੇਰੇ ਫਾਦਰ ਨੇ ਲਿਖਿਆ। ਕਿੰਨੇ ਹੀ ਗਾਣੇ ਮੇਰੇ ਅਗਲੇ ਗਾਣੇ ਜਿਹੜੇ ਆ ਰਹੇ ਮੇਰੇ ਫਾਦਰ ਦੇ ਲਿਖੇ ਹੋਏ ਆ ਵੀਰੇ। ਮੈਂ ਨਾ ਹਾਲੇ ਵੀ ਤੁਸੀਂ ਕਹੋਗੇ ਵੀ ਕਿੰਨਾ ਕੁ ਤੋਂ ਐਕਸਾਈਟਡ ਹਾਂ, ਮੈਂ ਨਰਵਸ ਹਾਂ। ਜਦੋਂ ਤੱਕ ਮੇਰੀ ਪਹਿਲੀ ਕਲੈਪ ਜਦੋਂ ਹੋਊਗੀ ਉੱਥੇ ਮੈਂ ਪਹਿਲਾਂ ਡਾਇਲੋਗ ਬੋਲੂੰਗਾ, ਉਦੋਂ ਤੱਕ ਨਰਵਸ ਹਾਂ। ਹਾਂ ਪਰ ਮੈਨੂੰ ਵਿਸ਼ਵਾਸ ਹੈ ਮੈਂ ਕਰ ਲੂੰਗਾ, ਮੈਂ ਚੱਕੂੰਗਾ ਫਟੇ, ਹੈ ਨਾ। ਮੇਰੇ ਫਾਦਰ ਕਹਿੰਦੇ ਨੇ ਹਾਂ ਹਾਂ ਤੂੰ ਚੱਕ ਦੇਂਗੇ ਫਟੇ, ਹੈ ਨਾ। ਥੋੜ੍ਹੇ ਦਿਨ ਪਹਿਲਾਂ ਸਟੂਡੀਓ ਗਿਆ ਗੱਲ, ਪਰਸੋਂ ਬਾਲੂ ਸ਼ਾਹ ਜੀ ਪਈ ਸੀ, ਮੈਂ ਉੱਥੇ ਜਾ ਕੇ ਫੁਕਰੀ ਮਾਰ ਰਿਹਾ ਕਿਉਂਕਿ ਮੇਰੀ ਆਦਤ ਹੈ ਮੈਂ ਮਜ਼ਾਕ ਯਾਰ ਖੁਸ਼ ਰਹੋ ਨਾ। ਹਾਂ ਐਕਚੁਲੀ ਕਹਿੰਦੇ ਬਾਈ ਯਾਰ ਇਹ ਖਾ ਲਓ। ਹਾਂ ਐਕਚੁਲੀ ਮੈਂ ਡਾਇਟਿੰਗ ਬੜੋ ਮੈਂ ਖਾਤਾ ਨਹੀਂ, ਮੈਂ ਸਿਰਫ ਫਰੂਟਸ ਖਾ ਰਿਹਾ ਹੈ। ਔਰ ਕਹਿੰਦੇ ਚੱਲ ਤੂੰ ਕਰ ਕੀ ਰਹਿਗਾ ਇਹਨੂੰ, ਕਹਿੰਦੇ ਖੌਫ ਰਹਿਣਾ ਚਾਹੀਦਾ ਵੀਰੇ, ਜੇ ਖੌਫ ਨਾ ਰਿਹਾ ਤਾਂ ਫਿਰ ਬੰਦਾ ਉਹੀ ਹੰਕਾਰ ਜਾਂਦਾ ਬੰਦਾ। ਬਿਲਕੁਲ ਬਿਲਕੁਲ, ਖੌਫ ਰਹਿਣਾ ਚਾਹੀਦਾ, ਡਰ ਰਹਿਣਾ ਚਾਹੀਦਾ, ਰੱਬ ਦਾ ਹੋਵੇ ਚਾਹੇ ਤੁਹਾਡੀ ਫੈਮਿਲੀ ਦਾ ਹੋਵੇ ਚਾਹੇ ਤੁਹਾਡੇ ਕੰਮ ਦਾ ਹੋਵੇ ਕੋਈ ਵੀ ਚੀਜ਼। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ। ਸੋ ਹੁਣ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇਸ ਫਿਲਮ ਦੇ ਮੇਨ ਕਰੈਕਟਰ ਦੇ ਨਾਲ, ਇੱਕ ਬਹੁਤ ਹੀ ਫਨੀ ਇਨਸਾਨ ਨੇ ਅਤੇ ਕਰੈਕਟਰ ਵੀ ਫਨੀ ਜਿਹਾ ਹੀ ਹੈ। ਸੋ ਗੱਲ ਕਰਦੇ ਹਾਂ ਜੀ ਅਰਮਾਨ ਬਿੱਜੂ ਸਾਹਿਬ ਦੇ ਨਾਲ, ਕੀ ਹਾਲ ਚਾਲ ਭਾਜੀ? ਸਤਿ ਸ਼੍ਰੀ ਅਕਾਲ ਜੀ, ਪੰਜਾਬ ਪਲੱਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਿਆਰ ਭਾਈ, ਸਤਿ ਸ਼੍ਰੀ ਅਕਾਲ ਸਭ ਨੂੰ, ਬਸੰਤ ਪੰਚਮੀ ਦੇ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਭਾਜੀ, ਬਹੁਤ ਮੁਬਾਰਕਬਾਦ ਹੋਈ ਫਿਲਮ ਅੱਲਣ ਵਰੇਸ। ਥੈਂਕ ਯੂ ਵੀਰੇ, ਬਹੁਤ ਬਹੁਤ ਧੰਨਵਾਦ। ਸੋ ਭਾਜੀ, ਇੱਕ ਫਿਲਮ ਨੂੰ ਕਰਨ ਦੇ ਲਈ ਨਾ ਪ੍ਰੀ ਪ੍ਰੋਡਕਸ਼ਨ ਆਰਟਿਸਟ ਦੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਉਹਨੇ ਫਿੱਟ ਹੋਣਾ, ਡਾਈਟ 'ਤੇ ਧਿਆਨ ਰੱਖਣਾ, ਸਕਿਨ ਗਲੋਇੰਗ ਰੱਖਣੀ ਹੈ, ਪਾਣੀ ਬਹੁਤ ਪੀਣਾ ਪੈਂਦਾ, ਪਾਣੀ ਬਹੁਤ ਪੀਣਾ ਪੈਂਦਾ। ਇਹ ਚੀਜ਼ ਭਾਜੀ ਕਿੱਦਾਂ, ਇਹ ਪ੍ਰੀ ਪ੍ਰੋਡਕਸ਼ਨ ਆਪਣੀ ਕਿੱਦਾਂ ਕਰਦੇ ਤੁਸੀਂ? ਚੱਲ ਰਹੀ ਹੈ ਵੀਰੇ, ਦੇਖੋ ਮੇਰੇ ਲਈ ਪਹਿਲਾਂ ਗਾਣੇ ਵੇਲੇ ਵੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹੁੰਦੇ ਜਦੋਂ ਗਾਣੇ ਦਾ ਸ਼ੂਟ ਹੁੰਦਾ ਸਾਡਾ ਵੀ, ਭਾਈ ਸ਼ੂਟ ਹੈ ਹਫ਼ਤਾ, ਹੁਣ ਡਾਇਟ ਰੱਖੋ ਪ੍ਰੋਪਰ, ਹੈ ਨਾ, ਅਤੇ ਪਾਣੀ ਪੂਣੀ ਵੱਧ ਪੀਓ ਸਗੋਂ, ਹੈ ਨਾ। ਅਤੇ ਹੁਣ ਮੂਵੀ ਹੈ, ਉਹਦਾ ਸ਼ੂਟ ਵੀ, ਗਾਣੇ ਦਾ ਸ਼ੂਟ ਤਾਂ ਇੱਕ ਦਿਨ ਦੋ ਦਿਨ 'ਚ ਮੁੱਕ ਜਾਂਦਾ, ਇੱਦਾਂ ਦਾ ਸ਼ੂਟ ਵੀ 20-25 ਦਿਨ ਚੱਲਣਾ। ਔਖਾ ਭਾਜੀ ਕੰਮ ਹੈ, ਕੰਮ ਔਖਾ ਪਰ ਕੋਈ ਗੱਲ ਨਹੀਂ, ਔਖੇ ਕੰਮ ਕਰਨ ਨੂੰ ਸਵਾਦ ਆਉਂਦਾ। ਬਿਲਕੁਲ। ਸੋ ਭਾਜੀ, ਤੁਸੀਂ ਮਿੱਠੇ ਦੇ ਬਹੁਤ ਸ਼ੌਕੀਨ ਹੋ, ਹੈ? ਹਾਂ, ਮਿੱਠਾ ਮਿੱਠੇ ਸਵੀਟਸ ਸਵੀਟ ਖਾਣ ਦਾ। ਹਾਂ ਹਾਂ, ਮੈਂ ਖਾਣ ਦੀ ਗੱਲ ਕਰ ਰਿਹਾ ਭਾਜੀ, ਦੂਜੇ ਮਿੱਠੇ ਦੀ ਗੱਲ ਨਹੀਂ ਕਰ ਰਹੇ ਸੀ, ਅਸੀਂ ਖਾਣ ਦੀ। ਸਾਰੇ ਰੱਬ ਦੇ ਜੀ ਨੇ, ਦੇਖੋ ਸਭ ਵਧੀਆ, ਸਭ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਪਰ ਮੈਂ ਮਿੱਠਾ ਖਾਣ ਦਾ ਸ਼ੌਕੀਨ ਹਾਂ ਜੀ। ਹਾਂਜੀ ਭਾਜੀ, ਥੋੜ੍ਹਾ ਤੁਹਾਡੇ ਕੋਈ ਕਿੱਸੇ ਜੇ ਤੁਸੀਂ ਹੱਥ ਬਚਾ ਲੈਂਦੇ ਹੋ ਮਿੱਠੇ ਖਾਣ ਤੋਂ? ਹਾਂ, ਮੇਰੀ ਨਾ ਜਿੱਥੇ ਵੀ ਕੋਈ ਮਿੱਠਾ ਹੋਵੇ, ਕੋਈ ਜਿੰਨੀ ਮਰਜ਼ੀ ਮਤਲਬ ਮੈਂ ਕੋਸ਼ਿਸ਼ ਕਰ ਲਾਂ, ਮੇਰਾ ਟ੍ਰੇਨਰ ਕਹਦੇ ਭਾਈ ਮਿੱਠਾ ਨਹੀਂ ਖਾਣਾ, ਸ਼ੂਗਰ ਤੋਂ ਖਾਣੀ ਨਹੀਂ ਹੈ, ਇਹ ਨਹੀਂ ਖਾਣਾ, ਫਲਾਣਾ ਨਹੀਂ ਹੈਗਾ, ਜੇ ਕੋਈ ਦਿਖ ਜੇ ਮੰਨ ਲਓ ਮੈਨੂੰ, ਹੁਣ ਇੱਥੇ ਇਸ ਟਾਈਮ ਜਲੇਬੀ ਦੇਖ ਦਿਉ, ਮੈਂ ਨਾ ਤੋੜ ਕੇ ਇੱਕ ਪੀਸ ਖਾ ਹੀ ਲੈਣਾ, ਹੈ ਨਾ। ਪਰ ਅੱਜ ਕੱਲ੍ਹ ਜਿਵੇਂ ਹੁਣ ਥੋੜ੍ਹੇ ਦਿਨ ਪਹਿਲਾਂ ਸਟੂਡੀਓ ਗਿਆ ਗੱਲ, ਪਰਸੋਂ ਬਾਲੂ ਸ਼ਾਹ ਜੀ ਪਈ ਸੀ, ਮੈਂ ਉੱਥੇ ਜਾ ਕੇ ਫੁਕਰੀ ਮਾਰ ਰਿਹਾ ਕਿਉਂਕਿ ਮੇਰੀ ਆਦਤ ਹੈ ਮੈਂ ਮਜ਼ਾਕ ਯਾਰ ਖੁਸ਼ ਰਹੋ, ਹੈ ਨਾ। ਹਾਂ ਐਕਚੁਲੀ ਕਹਿੰਦੇ ਬਾਈ ਯਾਰ ਇਹ ਖਾ ਲਓ। ਹਾਂ ਐਕਚੁਲੀ ਮੈਂ ਡਾਇਟਿੰਗ ਹੋਊ ਬੜੋ, ਮੈਂ ਖਾਤਾ ਨਹੀਂ, ਮੈਂ ਸਿਰਫ ਫਰੂਟਸ ਖਾ ਰਹਾ ਹੈ। ਔਰ ਕਹਿੰਦੇ ਚੱਲ ਤੂੰ ਕਰ ਕੀ ਰਹਿ ਗਾ ਇਹਨੂੰ, ਕਹਿੰਦੇ ਉਹ ਤੋਂ 10-15 ਮਿੰਟ ਬਾਅਦ ਕੀ ਹੋਇਆ ਨਾ, ਮੇਰਾ ਹੱਥ ਵੈਸੇ ਹੁਣ ਗੱਲਾਂ ਨੋਰਮਲ ਹੋ ਗਿਆ, ਭੁੱਲ ਗਿਆ ਮੈਂ ਵੀ ਡਾਇਟਿੰਗ ਦਾ, ਹੱਥ ਮੇਰਾ ਐਂ ਚਲਾ ਗਿਆ, ਉਹ ਸਾਰੇ ਦੇਖਣ ਲੱਗੇ ਮੇਰੇ ਕਿਹੜੇ ਕਰ ਲਏ, ਲਿਟਰਲੀ ਇਹਨਾਂ ਦੇ ਐਕਸਪ੍ਰੈਸ਼ਨ ਦੀ, ਮੈਂ ਹੱਥ ਮੇਰਾ ਇੱਥੇ, ਮੈਂ ਸਮਾਈਲ ਕੀਤੀ, ਮੈਂ ਹੱਥ ਫੜਿਆ, ਮੈਂ ਸੋਰੀ ਹੱਥੀ ਗਲਤੀ ਗਲਤੀ ਹੈ, ਡਾਇਟ ਤਾਂ ਮੈਂ ਹੀ ਹਾਂ, ਇਹਨਾਂ ਦੇ ਹੱਥ ਮੇਰੇ ਚੱਲਦੇ ਰਹਿੰਦੇ ਵੈਸੇ ਵੀ, ਕੁਛ ਨਾ ਕੁਛ ਕਰਦਾ ਰਹਿੰਦਾ। ਬਿਲਕੁਲ। ਸੋ ਭਾਜੀ, ਇੱਕ ਸਿੰਗਰ ਤੋਂ ਐਕਟਰ ਦੀ ਟ੍ਰਾਂਸਫਰਮੇਸ਼ਨ ਹੋਣ ਜਾ ਰਹੀ ਹੈ, ਇੱਕ ਬਹੁਤ ਵੱਡਾ ਮੁਕਾਮ ਤੁਸੀਂ ਹਾਸਲ ਕਰ ਰਹੇ ਹੋ, ਤੇ ਐਗਜ਼ਾਮ ਹੈ ਮੇਰੇ ਹਾਲ ਤਾਂ, ਇਹਦਾ ਐਗਜ਼ਾਮ ਹੈ, ਹਾਲੇ ਐਗਜ਼ਾਮ ਹੈ। ਸੋ ਭਾਜੀ, ਜਿਹੜੀ 3 ਮੰਥ ਤੁਹਾਡੀ ਪ੍ਰੈਪਰੇਸ਼ਨ ਹੋਈ ਹੈ ਵਰਕਸ਼ਾਪ, ਉਹਦੇ ਬਾਰੇ ਦੱਸੋ ਕਿ ਤੁਸੀਂ ਕੀ ਸਿੱਖਿਆ ਉਹਦੇ ਵਿੱਚ? ਯਾਰ ਵੀਰੇ, ਮੈਂ ਨਾ ਹਾਲੇ ਵੀ, ਤੁਸੀਂ ਕਹੋਗੇ ਵੀ ਕਿੰਨਾ ਕੁ ਤੋਂ ਐਕਸਾਈਟਡ ਹੈ, ਮੈਂ ਨਰਵਸ ਹਾਂ। ਜਦੋਂ ਤੱਕ ਮੇਰੀ ਪਹਿਲੀ ਕਲੈਪ ਜਦੋਂ ਹੋਊਗੀ ਉੱਥੇ ਮੈਂ ਪਹਿਲਾਂ ਡਾਇਲੋਗ ਬੋਲੂੰਗਾ, ਉਦੋਂ ਤੱਕ ਨਰਵਸ ਹਾਂ। ਹਾਂ ਪਰ ਮੈਨੂੰ ਵਿਸ਼ਵਾਸ ਹੈ ਮੈਂ ਕਰ ਲੂੰਗਾ, ਮੈਂ ਚੱਕੂੰਗਾ ਫਟੇ, ਹੈ ਨਾ। ਮੇਰੇ ਫਾਦਰ ਕਹਿੰਦੇ ਨੇ ਹਾਂ ਹਾਂ ਤੂੰ ਚੱਕ ਦੇਂਗੇ ਫਟੇ, ਹੈ ਨਾ। ਔਰ ਮੈਨੂੰ ਵਿਸ਼ਵਾਸ ਹੈ, ਪੂਰੀ 3 ਮਹੀਨੇ ਤੋਂ ਲੱਗੀਆਂ ਸੀ ਪੂਰੀ ਪ੍ਰੈਕਟਿਸ ਕਰਨ, ਸਾਡੀ ਵਰਕਸ਼ਾਪ ਚੱਲ ਰਹੀਆਂ ਨੇਗੀਆਂ, ਹੈ ਨਾ। ਖਾਣ ਪੀਣ 'ਤੇ ਵੀ ਧਿਆਨ ਦਿੱਤਾ ਹੋਇਆ, ਡਾਇਲੋਗ ਡਿਲੀਵਰੀ 'ਤੇ ਪੂਰਾ ਸਾਡਾ ਚੱਲ ਰਿਹਾ ਸੀ, ਹੈ ਨਾ। ਡਾਇਲੋਗਸ 'ਤੇ ਪੂਰੀ ਸਕ੍ਰਿਪਟ 'ਤੇ ਕੰਮ ਚੱਲ ਰਿਹਾ, ਹੈ ਨਾ। ਗਾਣੇ ਤੇ ਕੰਮ ਚੱਲ ਰਿਹਾ ਸਾਡੇ ਫਿਲਮ ਦੇ, ਬੜੇ ਤੁਹਾਨੂੰ ਸੋਹਣੇ ਸੋਹਣੇ ਗਾਣੇ ਫਿਲਮ 'ਚ ਦੇਖਣ ਨੂੰ ਮਿਲਣਗੇ। ਜੇ ਮੇਰੇ, ਮੈਂ ਟਰਾਈ ਕਰਦਾ ਹੁੰਦਾ ਕਿ ਮੇਰੇ ਥੋੜ੍ਹੇ ਥੋੜ੍ਹੇ ਗਾਣੇ ਲੋਕਾਂ ਨੂੰ ਐਟਲੀਸਟ ਇਹ ਨਾ ਕਹਿਣੀ ਯਾਰ ਮਾੜਾ ਗਾਣਾ ਕਰਤਾ, ਮੇਰਾ ਗਾਣਾ ਲੋਕ ਕਹੂਗਾ ਵੀ ਹਾਂ ਸੋਹਣਾ, ਵਧੀਆ, ਘੱਟ ਵਧੀਆ। ਮੇਰੇ ਮਤਲਬ ਮੇਰੀ ਉਮੀਦ ਰਹਿੰਦੀ ਕਿ ਮੇਰੇ ਗਾਣੇ ਨੂੰ ਕੋਈ ਇੱਦਾਂ ਲੱਗੇ ਯਾਰ ਮਾੜਾ ਜਿਹਾ ਗਾਣਾ ਕਰਤਾ ਇਹਨਾਂ ਨੇ, ਤਾਂ ਸੇਮ ਇੱਦਾਂ ਹੀ ਸੋਹਣੇ ਸੋਹਣੇ ਗਾਣੇ ਫਿਲਮ 'ਚ ਅਸੀਂ ਪਾਏ ਆ, ਅਤੇ ਉਮੀਦ ਕਰਦਾ ਸਭ ਨੂੰ ਪਸੰਦ ਆਉਣਗੇ। ਅਤੇ ਭਾਈ, ਜੇ ਪ੍ਰੈਪਰੇਸ਼ਨ ਦੀ ਆਪਾਂ ਗੱਲ ਕੀਤੀ, ਤੁਸੀਂ ਕਿਹਾ ਖਾਣ ਪੀਣ 'ਤੇ ਫਿਰ ਡਾਇਲੋਗਸ 'ਤੇ, ਇਹ ਮਤਲਬ ਖਾਣ ਪੀਣ ਭਾਜੀ ਪ੍ਰਾਇਓਰਟੀ ਰਹੀ ਹੈ ਆਪਣੀ, ਹੈ ਨਾ? ਖਾਣਾ ਤਾਂ ਵੀਰੇ ਮੇਰੀ ਵੀਕ, ਮਿੱਠਾ ਤਾਂ ਵੀਕਨੈਸ ਆ, ਮਿੱਠਾ, ਸੌਣਾ,
ਇਹ ਵੀਕਨੈਸ ਹੈ ਹਲੇ ਸੌਣ ਤੇ ਮੈਨੂੰ ਫੇਰ ਵੀ ਟੈਨਸ਼ਨ ਪਈ ਪਿਆ ਕਿ ਮੈਂ 5 ਵਜੇ ਉੱਠ ਕੇ ਜਾਣਾ ਹੈ ਸਾਰਾ ਦਿਨ ਕੰਮ ਕਰਨਾ ਫੇਰ ਉੱਠਣਾ ਫੇਰ 5 ਵਜੇ ਉੱਠਣਾ ਯਾਰ ਕੋਈ ਗੱਲ ਨਹੀਂ ਕਰਾਂਗੇ ਲਾਉਣਾ ਵਿੱਚ ਜਿਮ ਵੀ ਲਾਉਣਾ ਸਵੇਰੇ ਸਵੇਰੇ ਉੱਠ ਕੇ ਪਹਿਲਾਂ 3 ਵਜੇ ਉੱਠ ਕੇ ਜਾਂ ਜੋ ਵੀ ਟਾਈਮਿੰਗ ਹੋਗੀ ਘੰਟਾ ਪਹਿਲਾਂ ਡੇਢ ਘੰਟਾ ਪਹਿਲਾਂ ਜਿਮ ਲਾ ਕੇ ਫੇਰ ਛੁੱਟ ਜਾਣਾ ਤਾਂ ਪੂਰਾ ਐਕਸਾਈਟਡ ਆ ਗਏ ਪਰ ਚੱਕ ਦਾਂਗੇ ਫਟ ਇਹ ਭਾਈ ਥੋੜਾ ਜਿਹਾ ਖੌਫ ਵੀ ਹੈ ਪਰ એનર્ਜੀ ਵੀ ਪੂਰੀ ਹੈ ਖੌਫ ਰਹਿਣਾ ਚਾਹੀਦਾ ਵੀਰੇ ਜੇ ਖੌਫ ਨਾ ਰਿਹਾ ਤਾਂ ਫਿਰ ਬੰਦਾ ਉਹੀ ਹੰਕਾਰ ਜਾਂਦਾ ਬੰਦਾ ਬਿਲਕੁਲ ਬਿਲਕੁਲ ਖੌਫ ਰਹਿਣਾ ਚਾਹੀਦਾ ਡਰ ਰਹਿਣਾ ਚਾਹੀਦਾ ਰੱਬ ਦਾ ਹੋਵੇ ਚਾਹੇ ਤੁਹਾਡੀ ਫੈਮਿਲੀ ਦਾ ਹੋਵੇ ਚਾਹੇ ਤੁਹਾਡੇ ਕੰਮ ਦਾ ਹੋਵੇ ਕੋਈ ਵੀ ਚੀਜ਼ ਭਾਈ ਤੁਹਾਡੇ ਫਾਦਰ ਸਾਹਿਬ ਨੇ ਕਿਹਾ ਕਹਿੰਦੇ ਮੈਨੂੰ ਨੂੰ ਪਿੱਚ ਉਠਾਉਣਾ ਪੈਂਦਾ ਕਿ ਭਾਈ ਤੂੰ ਉੱਠ ਜਾ ਹਾਲੇ ਕਹਿ ਬਿਲਕੁਲ ਬਾਜੀ ਪੂਰੀਆਂ ਪੂਰੀਆਂ ਗੱਲਾਂ ਹੋਈਆਂ ਨੇ ਹੁਣ ਦੇਖੋ ਸੱਚ ਕਹਿਣਾ ਹਾਂ ਨਹੀਂ ਨਹੀਂ ਹਾਂ ਹੁੰਦਾ ਵੀਰੇ ਮੈਂ ਮੇਰੇ ਫਾਦਰ ਨੂੰ ਕਹਿੰਦੇ ਕਹਿੰਦੇ ਯਾਰ ਮਾਂ ਨੂੰ ਨਾ ਇਹਦੀ ਔਰ ਹੈ ਵੀ ਇੱਦਾਂ ਦੀ ਗੱਲ ਹੈ ਕੋਈ ਮੇਰੀ ਕੋਈ 5 ਸਾਲ ਤੋਂ ਮੈਂ ਬਾਹਰ ਰਹਿ ਰਿਹਾ ਘਰੋਂ ਨਾ ਤਾਂ ਮੇਰੀ ਕੋਈ ਜੇ ਕੰਪਲੇਂਟ ਗਈ ਹੈ ਤਾਂ ਮੇਰੇ ਸੌਣ ਦੀ ਗਈ ਹੈ ਵੀ ਯਾਰ ਉੱਠਦਾ ਨਹੀਂ ਇਹ ਉੱਠਦਾ ਨਹੀਂ ਹਾਂ ਜਦੋਂ ਉੱਠ ਗਿਆ ਇੱਕ ਵਾਰ ਫਿਰ ਮੈਨੂੰ ਚਾਹੀਦੀ 2 ਦਿਨ ਨਾ ਸਵਾਓ ਕੋਈ ਚੱਕਰ ਨਹੀਂ ਮੈਂ ਕੰਮ ਕਰੂੰ ਉੱਠਣਾ ਔਖਾ ਉੱਠਣਾ ਥੋੜ੍ਹਾ ਜਿਹਾ ਔਖਾ ਭਾਜੀ ਪਤਾ ਨਹੀਂ ਕੀ ਚੱਕਰ ਹੈ ਪਰ ਕੋਸ਼ਿਸ਼ ਕਰ ਰਹੇ ਇਹਨੂੰ ਵੀ ਟੈਕਲ ਕਰਨ ਦੀ ਕਰਨਾ ਉਹ ਭਾਜੀ ਕਹਿੰਦੇ ਨਹੀਂ ਅਲਾਉਂਸ ਸਲੀਪਸ 18 ਆਵਰਸ ਅ ਡੇ ਹਾਂ ਬਸ 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 ਸ਼ੇਰ ਹੈ ਭਾਜੀ ਪਾਪਾ ਨੂੰ ਤਾਂ ਸ਼ੇਰ ਬੋਤਾ ਹੈ ਨਹੀਂ ਸ਼ੇਰ ਬੋਤਾ ਬਸ ਹੁਣ ਤੁਹਾਨੂੰ ਇੱਕ ਬਹੁਤ ਵਧੀਆ ਸਿਸਟਮ ਜਾ ਹੈ ਨਾ ਮਾਈਂਡ ਚ ਆਈ ਗੱਲ ਕਿ ਲਾਇਨ ਸਲੀਪਸ 18 ਹਾਂ ਵਧੀਆ ਮੈਨੂੰ ਪਹਿਲੀ ਵਾਰ ਪਤਾ ਲੱਗੀ ਗੱਲ ਇਹ ਐਂ ਕਹਿ ਕਰੂੰਗਾ ਹੁਣ ਮੈਂ ਹਾਂ ਆਪਾਂ ਸ਼ੇਰ ਹੈ ਭਾਜੀ ਪੰਜਾਬ ਦੇ ਸ਼ੇਰ ਪੰਜਾਬ ਦੇ ਸ਼ੇਰ ਹੋਰ ਭਾਜੀ ਭਾਜੀ ਫਿਲਮ ਬਾਰੇ ਦੱਸੋ ਕਿ ਤੁਹਾਡੇ ਜਿਹੜੇ ਕੋ-ਐਕਟਰ ਨੇ ਤੁਹਾਡੀ ਕੀ ਐਕਸਪੈਕਟੇਸ਼ਨ ਸੀਗੀਆਂ ਕਿ ਇੱਕ ਫੇਮਸ ਫੇਸ ਹੋਊਗਾ ਜਾਂ ਨਵਾਂ ਫੇਸ ਹੋਊਗਾ ਅਸੀਂ ਨਾ ਬੜੀ ਆਡੀਸ਼ਨਸ ਬੜੇ ਲਏ ਦੋ ਚੀਜ਼ਾਂ ਦੱਸ ਰਿਹਾ ਹੁਣ ਮੈਂ ਸਾਰੇ ਬਹੁਤ ਸੋਹਣਾ ਕੰਮ ਕਰ ਰਹੇ ਆ ਸਾਰੀਆਂ ਜਿਹੜੀਆਂ ਪੰਜਾਬ 'ਚ ਬੜੇ ਵਧੀਆ ਫੇਸ ਨੇ ਅਸੀਂ ਬੰਬੇ ਤੋਂ ਵੀ ਕਾਫੀ ਫੇਸ ਅਪਰੋਚ ਕੀਤੇ ਹੁਣ ਜਿਹੜਾ ਸਾਡਾ ਕਰੈਕਟਰ ਹੈ ਉਹਦੇ ਵਿੱਚ ਉਹ ਇੱਕ ਬੜੀ ਇੱਕ ਦੇਸੀ ਕੁੜੀ ਹੈ ਜਿਹੜੇ ਬੰਬੇ ਵਾਲੇ ਫੇਸ ਸੀਗੇ ਜਿਹੜੇ ਕੁਛ ਵਧੀਆ ਫੇਸ ਹੈ ਨਾ ਅਤੇ ਉਹਨਾਂ ਨੂੰ ਪੰਜਾਬੀ ਬੋਲਣ 'ਚ ਦਿੱਕਤ ਹੋ ਰਹੀ ਸੀ ਫਿਰ ਸੋਚਿਆ ਚਲੋ ਐਂ ਕਰਾ ਲਾਂਗੇ ਵੀ ਆਪਾਂ ਡਾਇਲੋਗ ਡੱਬ ਕਰਵਾ ਲਾਂਗੇ ਫਿਰ ਮਜ਼ਾ ਨਹੀਂ ਆਉਂਦਾ ਡਾਇਲੋਗ ਜੇ ਕੋਈ ਬੰਦਾ ਬੋਲੇ ਤਾਂ ਆਪਦਾ ਹੀ ਮਜ਼ਾ ਅਤੇ ਜਿਹੜੇ ਪੰਜਾਬ ਦੇ ਸੀਗੇ ਕੁਛ ਦੀਆਂ ਡੇਟਸ ਨਹੀਂ ਸੀ ਕੁਛ 18-19 ਸਾਲ ਦੇ ਨਹੀਂ ਲੱਗਦੇ ਸੀ ਮਚੋਰ ਫਿਰ ਅਸੀਂ ਸੋਚਿਆ ਵੀ ਯਾਰ ਨਵੇਂ 'ਤੇ ਕਿਸੇ ਵਰਕ ਕਰਦੇ ਹਾਂ ਫਿਰ ਜਾਨਵੀਰ ਉਹਨਾਂ ਨੇ ਪਹਿਲੇ ਵੀ ਕੰਮ ਕੀਤਾ ਵਧੀਆ ਅਤੇ ਸੋ ਇਹਨਾਂ ਦਾ ਆਡੀਸ਼ਨ ਜਦੋਂ ਦੇਖਿਆ ਅਸੀਂ ਸਾਰੀ ਜਿਹੜੀ ਰਾਈਟਰਸ ਨੇ ਡਾਇਰੈਕਟਰਸ ਨੇ ਮੈਨੂੰ ਭੇਜਿਆ ਇਹਨਾਂ ਨੇ ਮੈਨੂੰ ਚੰਗਾ ਲੱਗਿਆ ਮੈਂ ਹਾਂ ਯਾਰ ਸਾਡੇ ਉਹ ਕਰੈਕਟਰ ਲਈ ਕੁੜੀ ਚੰਗੀ ਹੈ ਤਾਂ ਫਿਰ ਅਸੀਂ ਉਹਨਾਂ ਨੂੰ ਡਨ ਕੀਤਾ ਬਿਲਕੁਲ ਸੋ ਭਾਅ ਜੀ ਜਦੋਂ ਤੁਹਾਡੀ ਵਰਕਸ਼ਾਪ ਚੱਲ ਰਹੀਆਂ ਸੀਗੀਆਂ ਤੁਹਾਡੀ ਕੀ ਕੈਮਿਸਟਰੀ ਰਹੀ ਜਾਨਵੀਰ ਦੇ ਨਾਲ ਤੁਸੀਂ ਪਰਫਾਰਮ ਕਿੱਦਾਂ ਕੀਤਾ ਕਿਉਂਕਿ ਤੁਸੀਂ ਇੱਕ ਲਵ ਸਟੋਰੀ 'ਤੇ ਵਰਕ ਕਰਨਾ ਨਹੀਂ ਮੈਂ ਮੇਰੀਆਂ ਚੱਲ ਰਹੀਆਂ ਨੇ ਇਕੱਲੇ ਦੀਆਂ ਅੱਛਾ ਠੀਕ ਹੈ ਜਾਨਵੀਰ ਨਾਲ ਤਾਂ ਹੁਣ ਹੋਣੀਆਂ ਨੇ 3-4 ਦਿਨ ਪਹਿਲਾਂ ਸ਼ੁਰੂ ਹੋਣਗਾ 5 ਦਿਨ ਮਤਲਬ ਅੱਜ ਤੋਂ ਸ਼ੁਰੂ ਹੋਣੀਆਂ ਭਾਜੀ ਨਰਵਸ ਹੋ ਗਏ ਪੂਰੇ ਹੈ ਬਟਨ ਜਿਹਾ ਬੰਦ ਕਰ ਲਿਆ ਉਹ ਯਾਰ ਹੁਣ ਲੱਗਦਾ ਹੀ ਯਾਰ ਵੀਰੋ ਮੈਨੂੰ ਤਾਂ ਗਾਣੇ 'ਚ ਇੰਨਾ ਔਖਾ ਹੁੰਦਾ ਹੁਣ ਫਿਲਮ ਕਰਨੀ ਆ ਥੋੜ੍ਹਾ ਜਿਹਾ ਫਸਟ ਸਟੈਪ ਹੈ ਪਹਿਲਾ ਸਟੈਪ ਹੈ ਐਗਜ਼ਾਮ ਹੈ ਪਾਸ ਹੋਵਾਂਗੇ ਬਿਲਕੁਲ ਭਾਜੀ ਬਿਲਕੁਲ ਸੋ ਭਾਜੀ ਤੁਹਾਡੀ ਕੀ ਦੇਖੋ ਇੱਕ ਤਾਂ ਤੁਹਾਡੀ ਯੂ ਆਰ ਵੈਰੀ ਲੱਕੀ ਕਿ ਤੁਹਾਡੇ ਫਾਦਰ ਸਾਹਿਬ ਵੀ ਇਨਵੋਲਵਡ ਨੇ ਕਿ ਅੰਕਲ ਜੀ ਦੇ ਵੀ ਗਾਣੇ ਨੇ ਅਤੇ ਥੋੜਾ ਗਾਣੇ ਬਾਰੇ ਦੱਸੋ ਕਿ ਗਾਣੇ ਕਿਸ ਟਾਈਪ ਦੇ ਗਾਣੇ ਨੇ ਰੋਮਾਂਟਿਕ ਨੇ ਸੈਡ ਨੇ ਚੱਕਵੇਂ ਨੇ ਹਰ ਚੀਜ਼ ਰੋਮਾਂਟਿਕ ਗਾਣੇ ਬੀਟ ਗਾਣੇ ਸੈਡ ਗਾਣੇ ਸਭ ਮਿਲਣਗੇ ਉਹ ਦੇਖੋ ਭਾਜੀ ਫਾਦਰ ਆਪਣੇ ਬੇਟੇ ਦੀ ਰੋਮਾਂਸ ਲਿਖ ਰਹੇ ਆ ਹਾਂ ਹਾਂ ਮੇਰੇ ਗਾਣੇ ਫੁੱਲਾਂ ਤੋਂ ਵੀ ਸੁਣਗੇ ਨੇ ਤੇਰੇ ਵਾਸਤੇ ਲਵ ਯੂ ਗਾਣਾ ਮੇਰੇ ਫਾਦਰ ਨੇ ਲਿਖਿਆ ਔਖੀ ਜੀ ਕਾਹਨੂੰ ਹੁੰਦੀਆਂ ਦਿਲ ਨਹੀਂ ਦੇਣਾ ਨਾ ਕਰਦੇ ਮੇਰੇ ਫਾਦਰ ਨੇ ਲਿਖਿਆ ਤੇਰਾ ਗੁਰਾ ਰੰਗ ਬਲੀ ਕਰੀਮ ਵਰਗਾ ਉਹ ਤੋਂ ਪਾਲਿਆ ਸੂਟ ਕਾਲਾ ਫੀਮ ਵਰਗਾ ਪ੍ਰੇਜ਼ ਗਾਣਾ ਮੇਰੇ ਫਾਦਰ ਨੇ ਲਿਖਿਆ ਕਿੰਨੇ ਹੀ ਗਾਣੇ ਮੇਰੇ ਅਗਲੇ ਗਾਣੇ ਜਿਹੜੇ ਆ ਰਹੇ ਮੇਰੇ ਫਾਦਰ ਦੇ ਲਿਖੇ ਹੋਏ ਆ ਮੈਂ ਆਪਦੇ ਆਪ ਨੂੰ ਲੱਕੀ ਸਮਝਦਾ ਯਾਰ ਬਿਲਕੁਲ ਭਾਜੀ ਸੋ ਭਾਜੀ ਮੈਂ ਕਹਿੰਦਾ ਤੁਹਾਡਾ ਕੋਈ ਫੇਵਰੇਟ ਸੌਂਗ ਸੁਣਾ ਦਿਓ ਜੋ ਕਿ ਸਾਡੇ ਫੈਨਸ ਸੁਣਨਾ ਚਾਹੁੰਦੇ ਪਹਿਲਾਂ ਮੈਂ ਉੱਚੀ ਗਾਤਾ ਸੀ ਹੌਲੀ ਜਿਹਾ ਗਾਉਣਾ ਓ ਮੈਂ ਵਿਚਾਰਾ ਕਿਸਮਤ ਹਾਰਾ ਤਾਂ ਵੀ ਕਰਦਾ ਰਿਹਾ ਜਿਵੇਂ ਤੂੰ ਮਰਦੀ ਸੀ ਗਹਿਰਾ ਤੇ ਤੇਰੇ ਤੇ ਮਰਦਾ ਰਿਹਾ ਇੱਕ ਪਾਸੜ ਜਾ ਪਿਆਰ ਮੇਰਾ ਤੈਨੂੰ ਤਰਸ ਨਾ ਆਇਆ ਨੀ ਤੂੰ ਸੱਚ ਜਾਣੀ ਮੈਂ ਤੇਰੇ ਬਿਨ ਕੁਝ ਹੋਰ ਨਾ ਚਾਹਿਆ ਨੀ ਹਾਏ ਮੈਂ ਵਿਚਾਰਾ ਕਿਸਮਤ ਹਾਰਾ ਤਾਂ ਵੀ ਕਰਦਾ ਰਿਹਾ ਜਿਵੇਂ ਤੂੰ ਮਰਦੀ ਸੀ ਗਹਿਰਾ ਤੇ ਤੇਰੇ ਤੇ ਮਰਦਾ ਰਿਹਾ ਕੀ ਬਾਤ ਹੈ ਥੈਂਕ ਯੂ ਸੋ ਵੈਰੀ ਮਚ ਭਾਜੀ ਐਂਡ ਅਲਣ ਵਰੀਅਸ ਬਾਰੇ ਮੈਂ ਇਹੀ ਕਹੂੰਗਾ ਕਿ ਜਿਹੜੀ ਇਹ ਫਿਲਮ ਹੈ ਟੀਮ ਬਹੁਤ ਪੈਸ਼ਨੇਟ ਹੈ ਅਤੇ ਰੱਬ ਇੱਦਾਂ ਹੀ ਤੁਹਾਨੂੰ ਤਰੱਕੀਆਂ ਬਖਸ਼ੇ ਐਂਡ ਯੂ ਮੇਕ ਇਟ ਅ ਬਿਗ ਵਨ ਕਿ ਹਰ ਕੋਈ ਇਹਨੂੰ ਅੱਗੇ ਕਹੇ ਕਿ ਆਪਾਂ ਫਿਲਮ ਬਣਾਉਣੀ ਹੈ ਇੱਦਾਂ ਦੀ ਬਣਾਉਣੀ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਅਸੀਂ ਸਾਡੀ ਪੂਰੀ ਮਿਹਨਤ ਇਹੀ ਰਹੂਗੀ ਕਿ ਆਡੀਅੰਸ ਦੇ ਅਸੀਂ ਖਰੇ ਉਤਰੀਏ ਉਹਨੂੰ ਪਸੰਦ ਆਵੇ